ਸ਼ਸ਼ੀ ਗਾਲੀ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਹਾਂਜੀ ਸਵਾਗਤ ਹੈ ਸਾਰਿਆਂ ਦਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰਾ ਨੋਟ ਅਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9878390942 ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲਤਵੀਆਂ ਤਾਂ ਉਸ ਦੀਆਂ 4-5 ਫੋਟੋਆਂ ਨਾਲ ਹੀ ਮਸ਼ੀਨਰੀ ਦੀ ਲੋੜੀ ਦੀ ਜਾਣਕਾਰੀ ਜਿਵੇਂ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਐ ਇਹ ਸਾਰੀ ਜਾਣਕਾਰੀ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਐ ਕੋਈ ਕਮਿਸ਼ਨ ਨਹੀਂ ਆਪਣਾ ਤੇ ਜੇ ਕੋਈ ਵੀ ਮਸ਼ੀਨਰੀ ਸੈਂਡ ਕਰਦਾ ਐਡ ਕਰਵਾਉਣ ਲਈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਹਿਸਾਬ ਨਾਲ ਦੱਸਿਆ ਕਰੋ ਉਹਨਾਂ ਕ੍ਰੇਟ ਦੱਸਿਆ ਕਰੋ ਜਿੰਨੇ ਦੀ ਮਸ਼ੀਨਰੀ ਹੋਵੇ ਜੇ ਕੋਈ ਰੇਟ ਜਾ ਦੱਸੂਗਾ ਆਪਾਂ ਉਸ ਦੀ ਜਾਣ ਆਪਣੇ ਚੈਨਲ ਤੇ ਨਹੀਂ ਕਰਨੀ ਤੇ ਕੁਝ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਤੇ ਕਮੈਂਟਸ ਆਉਂਦੇ ਨੇ ਕਿ ਮਸ਼ੀਨਰੀ ਦਾ ਰੇਟ ਜ਼ਿਆਦਾ ਹੈ ਆਪਾਂ ਕਿਸੇ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੀ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈ ਸੋਈ ਜਾਂਦੀ ਹੈ ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਥੈਂਕ ਯੂ ਵੀਰੇ ਅੱਜ ਆਪਣੇ ਕੋਲ ਸੇਲ ਵਿੱਚ 6 ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਫਾਰਮ ਟਰੈਕ 60 ਟਰੈਕਟਰ ਹੈ ਸਵਰਾਜ 852 ਐਫੀ ਟਰੈਕਟਰ ਹੈ ਸੋਨਾਲੀਕਾ 750 ਆਰਐਕਸ ਟਰੈਕਟਰ ਹੈ ਮਹਿੰਦਰਾ 575 ਡੀਆਈ ਟਰੈਕਟਰ ਹੈ ਸਵਰਾਜ 852 ਐਫੀ 4 ਸਟਾਰ ਟਰੈਕਟਰ ਹੈ ਤੇ ਕੰਬਾਈਨ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫਾਰਮ 60 ਟਰੈਕਟਰ ਦੀ ਇਹ ਟਰੈਕਟਰ 2010 ਮਾਡਲ ਹੈ ਤੇ ਟਰੈਕਟਰ ਮਲੇਰਕੋਟਲਾ ਏਰੀਆ ਵਿੱਚ ਖੜਾ ਹੈ। ਬਾਕੀ ਹਾਲਤ ਟਰੈਕਟਰ ਹੀ ਤੁਸੀਂ ਦੇਖ ਸਕਦੇ ਹੋ। ਬਾਡੀ ਚ ਅਸੀਂ ਲਿੰਕਨ ਦਾ ਪੇਂਟ ਟਰੈਕਟਰ ਦਾ ਬਿਲਕੁਲ オリジナル ਹੈ। ਕਿਤੇ ਉਹ ਟਰੈਕਟਰ ਨੂੰ ਦੁਬਾਰਾ ਰੰਗ ਪੇਟ ਨਹੀਂ ਹੋਇਆ, ਕਿਤੇ ਰੰਗ ਪਟ ਖਰਾਬ ਨਹੀਂ ਹੋਇਆ। ਕੋਈ ਡੈਮੇਜ ਨਹੀਂ। ਸਾਫ ਸੁਥਰਾ ਸ਼ਾਈਨਿੰਗ ਦੇ ਵਿੱਚ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ। ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ। 60 65 ਪੈਸੇ ਟਰੈਕਟਰ ਦੇ ਟਾਇਰ ਪਏ ਹੈ। ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ। ਟਰੈਕਟਰ ਸ਼ੇਕ ਲਿਆਂ ਦੀ ਖੇਤੀ ਤੇ ਚੱਲਿਆ ਹੋਇਆ ਹੈ ਬਹੁਤੀ ਘੱਟ ਯੂਜ਼ ਹੋਇਆ ਹੋਇਆ ਹੈ ਤੂੜੀ ਵਾਲੇ ਰੀਪਰ ਤੇ ਟਰੈਕਟਰ ਨੂੰ ਯੂਜ਼ ਨਹੀਂ ਕੀਤਾ ਗਿਆ ਓਨਲੀ ਖੇਤੀ ਖੇਤੀ ਤੇ ਚੱਲਿਆ ਹੋਇਆ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਲੈਂਡਸ 'ਮੇ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਔਰ ਕਿਹਾ 140000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 985552 41604 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ ਸੋਨਲਿਕਾ 750 RX ਟਰੈਕਟਰ ਦੀ ਇਹ ਟਰੈਕਟਰ 2013 ਮਾਡਲ ਹੈ ਤੇ ਟਰੈਕਟਰ ਜੈਤੂ ਏਰੀਆ ਵਿਖੇ ਖੜਾ ਹੈ ਜ਼ਿਲ੍ਹਾ ਫਰੀਦਕੋਟ ਬਾਕੀ ਹਾਲ ਦਾ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਬਾਟਿਚਾ ਸੀ ਲਿੰਕਨ ਦਾ ਪੇਂਟ ਟਰੈਕਟਰ ਦਾ ਬਿਲਕੁਲ オリジナル ਹੈ ਕਿਤੇ ਰੰਗ ਪੇਂਟ ਲਿਆ ਨਹੀਂ ਹੋਇਆ ਕਿਤੇ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਸਾਫ ਸੁਥਰਾ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਤੇ ਜੋ ਟਾਇਰ ਹੈ ਅਗਲੇ ਟਾਇਰ 80 ਪੈਸੇ ਨੇ ਤੇ ਪਿਛਲੇ ਟਾਇਰ 60 ਪੈਸੇ ਨੇ ਬਾਕੀ ਟਾਇਰਾਂ ਦੀਆਂ ਫੁੱਟਮਾ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਸਾਫ ਸੁਥਰੇ ਏ ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਪਏ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਤੇ ਰਿਵਰਸ ਵੀਡੀਓ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ। ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ। ਟਰੈਕਟਰ ਲੈਂਡਸ ਵਿੱਚ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ। ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖਿਆ 390000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ। 76961 28881 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ। ਤੁਸੀਂ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਵੀਰਾਂ ਦਾ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ Mahindra 575 DI ਟਰੈਕਟਰ ਦੀ। ਇਹ ਟਰੈਕਟਰ 2016 ਮਾਡਲ ਹੈ ਤੇ ਟਰੈਕਟਰ ਗੁਰਦਾਸਪੁਰ ਏਰੀਆ ਵਿੱਚ ਖੜਾ ਹੈ। ਬਾਕੀ ਹਾਲਤ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ। ਬਾਡੀ ਚਾਸੀ ਲਿੰਕਨ ਦਾ ਪੇਂਟ ਟਰੈਕਟਰ ਦਾ ਬਿਲਕੁਲ オリジナル ਹੈ। ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਨਹੀਂ ਹੋਇਆ, ਕਿਤੇ ਰੰਗ ਪੇਂਟ ਖਰਾਬ ਨਹੀਂ ਹੋਇਆ। ਕੋਈ ਡੈਮੇਜ ਨਹੀਂ ਸਾਫ ਸੁਥਰਾ ਸ਼ਾਇਨਿਕ ਦੇ ਵਿੱਚ ਰੰਗ ਪਿੰਟ ਪਿਆ ਹੈ ਤੇ ਟਰੈਕਟਰ ਦੇ ਜੋ ਟਾਇਰ ਨੇ 80 ਪੈਸੇ ਟਰੈਕਟਰ ਦੇ ਟਾਇਰ ਪਏ ਆ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਟਰੈਕਟਰ ਦੇ ਨਾਲ ਦੀ ਟਾਇਰ ਨਹੀਂ ਟਰੈਕਟਰ ਡਬਲ ਕਲੱਚ ਪਾਵਰ ਬ੍ਰੇਕ ਪਾਵਰ ਸਟੀering ਸੈਂਟਰ ਗੇਅਰ ਤੇ ਰਿਵਰਸ ਸਪੀਡ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਕਿੱਦੋਂ ਕੋਈ ਲੀਕਿੰਗ ਨਹੀਂ। ਇੱਕਦਮ ਸੀਲਡ ਟਰੈਕਟਰ ਹੈ। A ਕਲਾਸ ਕੰਡੀਸ਼ਨ ਦੇ ਵਿੱਚ ਖੜਾ ਹੈ। ਟਰੈਕਟਰ ਲੈਂਡਸਮੈਨ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖਿਆ 410000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 97819 57980। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ। ਤੁਸੀਂ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ। ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਵੀਰਾਂ ਤੋਂ ਖਰੀਦ ਸਕਦੇ ਹੋਂ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ ਹਰਦੇਵ 930 ਕੰਬਾਈਨ ਦੀ ਇਹ ਕੰਬਾਈਨ 2014 ਮਾਡਲ ਹੈ ਤੇ ਕੰਬਾਈਨ ਦਾ ਜੋ ਏਰੀਆ ਹੈ ਉਹ ਸਰਹੰਦ ਏਰੀਆ ਹੈ ਜਿੱਥੇ ਕੰਬਾਈਨ ਖੜੀ ਹੈ ਬਾਕੀ ਹਾਲਤ ਕੰਬਾਈਨ ਦੀ ਤੁਸੀਂ ਦੇਖ ਸਕਦੇ ਹੋਂ ਕੰਬਾਈਨ ਦੇ ਜੋ ਟਾਇਰ ਨੇ 90 ਪੈਸੇ ਕੰਬਾਈਨ ਦੇ ਟਾਇਰ ਪਏ ਆ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਤੇ ਕੰਬਾਈਨ ਦੀ ਜੋ ਕੰਡੀਸ਼ਨ ਹੈ ਉਹ 85 90 ਪੈਸੇ ਹੈ ਕੰਬਾਈਨ ਦਾ ਇਕਦਮ ਸਾਫ ਸੁਥਰਾ ਰੰਗ ਪਿੰਟ ਪਿਆ ਕਿਤੇ ਵੀ ਰੰਗ ਪਿੰਟ ਲਿਆ ਨਹੀਂ ਹੋਇਆ ਕਿਤੇ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਇਕ ਬਹੁਤ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਬਾਕੀ ਪੰਜਾਬ ਨੰਬਰ ਕੰਬਾਈਨ ਹੈ ਇੰਜਨ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕ ਵੀਰਾਂ ਨੇ ਕੰਬਾਈਨ ਦੀ ਸਾਰੀ ਰਿਪੇਅਰ ਕਰਵਾਈ ਹੋਈ ਹੈ ਫੁੱਲ ਰਿਪੇਅਰ ਹੋਈ ਹੋਈ ਹੈ ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਕੰਬਾਈਨ ਲੈਂਡਸ ਮੇ ਤੁਸੀਂ ਕੰਬਾਈਨ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਮਾਲਕ ਵੀਰਾਂ ਨੇ ਕੰਬਾਈਨ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ 8 ਲੱਖ 80 ਹਜ਼ਾਰ ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 98148 26363। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ। ਤੁਸੀਂ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਕੰਬਾਈਨ ਵੀਰਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਬ੍ਰੇ। ਹੁਣ ਗੱਲ ਕਰਦੇ ਹਾਂ ਜੀ ਸਵਰਾਜ 855 ਟਰੈਕਟਰ ਦੀ। ਇਹ ਟਰੈਕਟਰ 1997 ਮਾਡਲ ਹੈ ਤੇ ਟਰੈਕਟਰ ਡੱਬਾ ਵਾਲੀ ਏਰੀਆ ਵਿੱਚ ਖੜਾ ਹੈ। ਬਾਕੀ ਹਾਲਤ ਟਰੈਕਟਰ ਹੀ ਤੁਸੀਂ ਦੇਖ ਸਕਦੇ ਹੋ। ਬਾਡੀ ਚਾਸਿਸ ਲਿੰਕਨ ਦਾ ਪੇਂਟ ਟਰੈਕਟਰ ਦਾ ਬਿਲਕੁਲ オリジナル ਹੈ। ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਟ ਨਹੀਂ ਹੋਇਆ, ਕਿਤੇ ਰੰਗ ਪੇਟ ਖਰਾਬ ਨਹੀਂ ਹੋਇਆ। ਕੋਈ ਡੈਮੇਜ ਨਹੀਂ। ਸਾਫ਼ ਸੁਥਰਾ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ। ਤੇ ਟਰੈਕਟਰ ਦੇ ਜੋ ਟਾਇਰ ਨੇ ਅਗਲੇ ਟਾਇਰ ਬਿਲਕੁਲ ਨਵੇਂ ਐ ਤੇ ਪਿਛਲੇ ਟਾਇਰ 70% ਨੇ। ਬਾਕੀ ਟਾਇਰਾਂ ਦੀ ਫੁੱਟਮਸ ਸਕਰੀਨ ਤੇ ਸ਼ੋ ਹੋ ਰਹੀਆਂ ਨੇ। ਸਾਫ਼ ਸੁਥਰੇ ਏ ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਪਏ ਐ। ਤੇ ਟਰੈਕਟਰ ਦੇ ਅਗਲੇ ਟਾਇਰਾਂ ਦੇ ਮਗਰਾੜ ਚੜੇ ਹੋਏ ਨੇ ਟਰੈਕਟਰ ਡਬਲ ਕਲਚ ਸਿੰਪਲ ਸਟੀering ਤੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਇੰਜਣ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰ ਅਮਰੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਕਿਤੇ ਕੋਈ ਲੀਕਿੰਗ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਲੈਂਡਸ ਵਿੱਚ ਤੁਸੀਂ ਬਾਹ ਕੇ ਜਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 225000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 86849 95012 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਵੀਰਾਂ ਤੋਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹੁਣ ਗੱਲ ਕਰਦੇ ਹਾਂ ਜੀ ਸਵਰਾਜ 855 FE 4 ਸਟਾਰ ਟਰੈਕਟਰ ਦੀ ਇਹ ਟਰੈਕਟਰ 2017 ਮਾਡਲ ਹੈ ਤੇ ਟਰੈਕਟਰ ਬਠਿੰਡਾ ਏਰੀਆ ਵਿੱਚ ਖੜਾ ਹੈ ਬਾਕੀ ਹਾਲਤ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ 834 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਤੇ ਟਰੈਕਟਰ ਦਾ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਆਲ オリジナル ਹੈ ਕਿਤੇ ਵੀ ਟਰੈਕਟਰ ਨੂੰ ਦੁਆਰ ਰੰਗ ਪੇਂਟ ਨਹੀਂ ਹੋਇਆ ਕਿਤੇ ਰੰਗ ਪੇਂਟ ਖਰਾਬ ਨਹੀਂ ਹੋਇਆ ਦੇਖਣ ਨੂੰ ਸ਼ੋਹਤ ਕਿਤੇ ਸਕ੍ਰੈਚ ਤੱਕ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ 90 ਪੈਸੇ ਟਰੈਕਟਰ ਦੇ ਟਾਇਰ ਪਏ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸੈਂਟਰ ਗੇਅਰ ਤੇ ਰਿਵਰਸ ਬੀਟ ਦੇ ਨਾਲ ਹੈ ਤੇ ਟਰੈਕਟਰ ਦਾ ਪੰਜਾਬ ਦੀ ਨੰਬਰ ਹੈ ਬਾਕੀ ਹਾਲ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੱਕਦਮ ਨਵਾਂ ਟਰੈਕਟਰ ਹੈ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਸੀਲਡ ਟਰੈਕਟਰ ਹੈ ਵੀਰੇ ਟਰੈਕਟਰ ਨੂੰ ਕਿਦੋਂ ਚਾਬੀ ਤੱਕ ਨਹੀਂ ਲੱਗੀ ਹੋਈ ਟਰੈਕਟਰ ਲੈਣ ਸਮੇਂ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 5.80 ਲੱਖ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ 94644 90523 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਵੀਰਾਂ ਤੋਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਤੇ ਕੋਈ ਵੀ ਮਸ਼ੀਨਰੀ ਖਰੀਦਣ ਸਮੇਂ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆ ਸਕੇ ਤੇ ਸਾਰੇ ਵੀਰਾਂ ਨੂੰ ਹੋਰ ਰਿਕਵੈਸਟ ਹੈ ਜਿੰਨੇ ਵੀਰ ਐਡ ਕਰਵਾਉਣ ਲਈ ਕਿਸੇ ਮਸ਼ੀਨਰੀ ਦੀਆਂ ਫੋਟੋ ਮੈਨ ਸੈਂਡ ਕਰਦੇ ਆ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਜ਼ਰੂਰ ਦੱਸਦਿਆ ਕਰਨਾ ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਈ ਆ ਡਿਕਤ ਆਉਂਦੀ ਹੈ ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦਵਾਂ ਲਾ ਸਕੀਏ ਤੇ ਤੁਹਾਡੀ ਮਸ਼ੀਨਰੀ ਜਲਦਵਾਂ ਸੇਲ ਹੋ ਸਕੇ ਤੇ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਜਟਾ ਟਰੈਕਟਰ ਦੇ ਨਾਲ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਸ਼ੀ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਹਾਂ ਜਿਸ ਨੂੰ ਤੁਸੀਂ ਅਰੋਝੀ ਦੇਖ ਸਕੋ ਤੇ ਮੈਂ ਸੁਣਾ ਕਰ ਸਕੋ ਤਾਂ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ